ਕਹਿੰਦੇ ਨੇ ਕਿ ਜਜ਼ਬੇ ਦਾ ਕੋਈ ਮੁੱਲ ਨਹੀਂ। ਅਜਿਹਾ ਹੀ ਵੇਖਣ ਨੂੰ ਮਿਲਿਆ ਬਠਿੰਡਾ ਜ਼ਿਲ੍ਹੇ ਦੇ ਸ਼ਹਿਰ ਰਾਮਪੁਰਾ ਫੂਲ ਦੇ ਵਿੱਚ, ਜਿੱਥੇ ਇੱਕ ਛੋਟੇ ਜਿਹੇ ਬੱਚੇ ਨੇ ਆਪਣੇ ਦਾਦਾ ਦਾਦੀ ਦੀ 50ਵੀਂ ਸਾਲਗਿਰਾ ਦੀ ਖੁਸ਼ੀ ਖੂਨਦਾਨ ਕੈਂਪ ਲਗਾ ਕੇ ਸਾਂਝੀ ਕੀਤੀ। ਦਰਅਸਲ ਸ਼ਹਿਰ ਦੇ ਸਭ ਤੋਂ ਛੋਟੀ ਉਮਰ ਦੇ ਸਮਾਜ ਸੇਵੀ ਬੱਚੇ ਨੇ ਆਪਣੇ ਦਾਦਾ ਦਾਦੀ ਦੀ ਸਾਲਗਿਰਾ ਮੌਕੇ ਸਥਾਨਕ ਕਾਲੀ ਮਾਤਾ ਮੰਦਿਰ ਵਿਖੇ ਲੋਕ ਸੇਵਾ ਵੈਲਫੇਅਰ ਸੁਸਾਇਟੀ ਅਤੇ ਗੁਰੂ ਨਾਨਕ ਚੈਰੀਟੇਬਲ ਬਲੱਡ ਬੈਂਕ ਦੇ ਸਹਿਯੋਗ ਦੇ ਨਾਲ ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ। ਸਮਾਜ ਸੇਵੀ ਗੁੰਜ ਵੈਲਫੇਅਰ ਕਲੱਬ ਦੇ ਵੱਲੋਂ ਸਰਸਵਤੀ ਮਿਸ਼ਨ ਹਸਪਤਾਲ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੇ ਵਿੱਚ 21 ਯੂਨਿਟ ਖੂਨ ਇਕੱਤਰਿਤ ਕੀਤਾ ਗਿਆ। ਪ੍ਰੋਗਰਾਮ ਦੇ ਵਿੱਚ ਹਾਜ਼ਰ ਸਮਾਜ ਸੇਵੀ ਅਨਾਮਿਕਾ ਸੰਧੂ ਨੇ ਕਿਹਾ ਕਿ ਖੂਨਦਾਨ ਦੇਸ਼ ਦੀ ਸਭ ਤੋਂ ਵੱਡੀ ਲੋੜ ਹੈ। ਉਹਨਾਂ ਕਿਹਾ ਕਿ ਲੋਕ ਸੇਵਾ ਵੈਲਫੇਅਰ ਸੁਸਾਇਟੀ ਵਰਗੀਆਂ ਸੰਸਥਾਵਾਂ ਸਮਾਜ ਸੇਵਾ ਦੇ ਲਈ ਅਜਿਹੇ ਸਮਾਗਮ ਕਰਵਾ ਕੇ ਦੇਸ਼ ਪ੍ਰਤੀ ਆਪਣਾ ਫਰਜ਼ ਨਿਭਾ ਰਹੀਆਂ ਨੇ, ਜੋ ਕਿ ਸ਼ਲਾਘਾਯੋਗ ਕਦਮ ਹੈ। ਲੋਕ ਸੇਵਾ ਵੈਲਫੇਅਰ ਸੁਸਾਇਟੀ ਰਾਮਪੁਰਾ ਫੂਲ ਤੇ ਬੇਟੀ ਬਚਾਓ ਬੇਟੀ ਪੜਾਓ ਤੇ ਬੇਟੀ ਨੂੰ ਸ਼ੋਸ਼ਣ ਤੋਂ ਬਚਾਓ ਮੇਰੀ ਮੁਹਿੰਮ, ਇਸ ਮੁਹਿੰਮ ਦੇ ਤਹਿਤ ਸਾਡਾ ਸਭ ਤੋਂ ਛੋਟਾ ਸੋਸ਼ਲ ਵਰਕਰ ਜਿਸਦਾ ਨਾਮ ਹੈ ਮੋਨੀ, ਸੋ ਉਹਨਾਂ ਦੇ ਦਾਦਾ ਦਾਦੀ ਜੀ ਦੀ 50 ਸਾਲ ਗਿਰਾ ਪੂਰੀ ਹੋਣ 'ਤੇ ਅਸੀਂ ਉਸ ਖੁਸ਼ੀ ਦੇ ਵਿੱਚ ਅੱਜ ਰਾਮਪੁਰਾ ਫੂਲ ਦੇ ਵਿੱਚ ਕਾਲੀ ਮਾਤਾ ਮੰਦਿਰ ਦੇ ਵਿੱਚ ਅਸੀਂ ਬਲੱਡ ਡੋਨੇਸ਼ਨ ਕੈਂਪ ਦਾ ਔਰਗਨਾਈਜ਼ ਕੀਤਾ। ਸਭ ਤੋਂ ਵੱਡੀ ਗੱਲ ਹੈ ਕਿ ਜਿਸ ਤਰ੍ਹਾਂ ਪਹਿਲਾਂ ਕੋਵਿਡ ਆ ਕੇ ਗਿਆ, ਉਸ ਤੋਂ ਬਾਅਦ ਹੁਣ ਡੇਂਗੂ ਕਰਕੇ ਬੜੀ ਸਾਰੀ ਮੁਸ਼ਕਿਲਾਂ ਆ ਰਹੀਆਂ ਸੀ। ਖੂਨ ਇਕੱਠਾ ਕਰਨ ਦੇ ਵਿੱਚ ਬੜੇ ਸਾਰੇ ਪੇਸ਼ੈਂਟ ਸੀ, ਉਹਨਾਂ ਨੂੰ ਜਦੋਂ ਬਲੱਡ ਡੋਨੇਸ਼ਨ ਬਲੱਡ ਕੈਂਪ ਜਾਂਦੇ ਸੀ ਤਾਂ ਉਹਨਾਂ ਨੂੰ ਬਲੱਡ ਨਹੀਂ ਸੀ ਮਿਲਦਾ ਹੈਗਾ, ਹੈ ਨਾ। ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਦੇਖੋ ਆਪਾਂ ਜਨਮ ਦਿਨ ਮਨਾਉਂਦੇ ਹਾਂ, ਆਪਾਂ ਆਪਣੀਆਂ ਖੁਸ਼ੀਆਂ ਮਨਾਉਂਦੇ ਹਾਂ, ਹੈ ਨਾ। ਤਾਂ ਇਹ ਜਿਹੜਾ ਉਪਰਾਲਾ ਹੈ, ਹਰੀਸ਼ ਬਾਂਸਲ ਜੀ ਇਹਨਾਂ ਵੱਲੋਂ ਬਹੁਤ ਨੇਕ ਉਪਰਾਲਾ ਹੈਗਾ ਜਿਹੜਾ ਇਹਨਾਂ ਨੇ ਕੀਤਾ, ਤਾਂ ਸਾਨੂੰ ਸਾਰਿਆਂ ਨੂੰ ਇਸ ਗੱਲ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਅਸੀਂ ਜਦੋਂ ਜਨਮ ਦਿਨ ਮਨਾਉਂਦੇ ਹਾਂ, ਅਸੀਂ ਚਾਰ ਜਾਣੇ ਨੂੰ ਦੋਸਤਾਂ ਨੂੰ ਇਕੱਠੇ ਕਰਕੇ ਅਸੀਂ ਕੇਕ ਮੂੰਹ 'ਤੇ ਮਲਦੇ ਹਾਂ ਜਾਂ ਸੁੱਟ ਦਿੰਦੇ ਹਾਂ ਜਾਂ ਬਹੁਤ ਸਾਰੀਆਂ ਚੀਜ਼ਾਂ ਅਸੀਂ ਵਿਅਰਥ ਕਰਦੇ ਹਾਂ, ਤਾਂ ਮੈਨੂੰ ਲੱਗਦਾ ਕਿ ਇੱਦਾਂ ਦੇ ਜਿਹੜੇ ਨੇਕ ਉਪਰਾਲੇ ਨੇ ਉਹ ਹੋਣੇ ਚਾਹੀਦੇ ਨੇ ਸਾਡੇ ਸਮਾਜ ਦੇ ਵਿੱਚ। ਮੋਨੀਤ ਬਾਂਸਲ ਜਿਹੜਾ ਸਭ ਤੋਂ ਛੋਟਾ ਸੋਸ਼ਲ ਵਰਕਰ ਹੈ, ਇੱਕ ਬੱਚਿਆਂ ਵਾਸਤੇ, ਇੱਕ ਨਵੀਂ ਨੌਜਵਾਨ ਪੀੜ੍ਹੀ ਵਾਸਤੇ ਇੱਕ ਬੜੀ ਵੱਡੀ ਉਹਨਾਂ ਨੇ ਇਹ ਸੇਧ, ਇੱਕ ਉਹ ਮੈਸੇਜ ਹਮੇਸ਼ਾ ਦਿੰਦੇ ਹੁੰਦੇ ਨੇ ਜੋ ਮੈਨੂੰ ਬਹੁਤ ਚੰਗਾ ਲੱਗਦਾ, ਕਿ ਤੁਸੀਂ ਆਪਣਾ ਜਨਮ ਦਿਨ ਮਨਾਉਣਾ, ਤੁਸੀਂ ਆਪਣੀ ਐਨਵਰਸਰੀ ਮਨਾਉਣੀ ਆ, ਤੁਸੀਂ ਕੋਈ ਵੀ ਖੁਸ਼ੀ ਮਨਾਉਣੀ ਆ, ਤਾਂ ਪਲੀਜ਼ ਉਹਨਾਂ ਨਾਲ ਮਨਾਓ ਜਿਹੜੇ ਜ਼ਰੂਰਤਮੰਦ ਨੇ। ਤਾਂ ਅਸੀਂ ਇਹ ਬਲੱਡ ਡੋਨੇਸ਼ਨ ਕੈਂਪ ਅੱਜ ਆਂਟੀ ਅੰਕਲ ਜੀ ਦੀ ਜਿਹੜੀ ਐਨਵਰਸਰੀ ਆ ਉਹਨਾਂ ਦੀ ਖੁਸ਼ੀ ਦੇ ਵਿੱਚ ਲਗਾਇਆ ਹੈ। ਰਾਮਪੁਰਾ ਫੂਲ ਤੋਂ ਜਸਵੀਰ ਔਲਖ ਦੀ ਰਿਪੋਰਟ, NC7 ਨਿਊਜ਼।